सत श्री अकाल ते सलाम वालेकुम सारे भरावां नूं। अज पिंड हसनगढ़ हरियाणे च बाजी सी ते इत्थे 40 कबूतर उड्डे सी ते अपने कबूतर ने अज विन करके एक कबूतर अपना 7:30 बजे बैठा वा। आपां 2 कबूतर छड्डे सी, एक कबूतर अपना उड़दा रह गया ते इत्थे कोई मसला करके 10 कबूतरां च सांझी हो गई ते अपना कबूतर हत आ गया। ते आई रियली थैंक यू टू उस्ताद चौधरी आसिफ प्रिंस जिन्हां ने सानूं इन्नी वधिया सांभ दसी है ते अपने कबूतर विन करी जांदे आ। आपां 4 बाजियां छड्डियां ने, 3 आपां विन कीतियां ने ते अपने कबूतर उड़दे रहे ने। एक कबूतर अपना हाथ आ गया, एक बाजी अपना कबूतर उड़दा रह गया, उत्थे बह गई बाजी सीगी, आपां जित्ते नहीं। ते असी बहुत बहुत शुक्रिया करते हैं उस्ताद चौधरी आसिफ प्रिंस नूं जिन्हां नूं सानूं इन्नी वधिया सांभ दसी ते सानूं अपना आशीर्वाद दे के इन्ने वधिया कबूतर तैयार कराए। थैंक यू चौधरी आसिफ प्रिंस। ਝੰਗ ਚ ਟੱਗਾ ਭੱਜਿਆ ਬੇਟਾ, ਬਾਤ ਕਰਾਂਗੇ ਦਲੀਲ ਨਾਲ। ਟੱਗਾ ਵਰਲਡ ਲੈਵਲ ਤੇ ਭੱਜਿਆ ਤੇ ਬਾਅਦ ਹੀ ਉਹਦੀ ਕੰਧ ਜਿਹੜੀ ਉਹ ਕਾਨਿਆਂ ਦੀ ਸੀ, ਉਹ ਜਦੋਂ ਕੰਧ ਉਹਦੀ ਕਾਨਿਆਂ ਦੀ ਬੇਟਾ ਘੋੜ ਟੱਗਾ ਲੈਣ ਚਲੇ ਗਏ, 40 ਸਾਲ ਦੀ ਬਾਤ ਆ। ਵਾਹ ਜੀ, ਉਦੋਂ 1,00,000 ਰੁਪਏ ਦੀ ਕਿੰਨੀ ਕੁ ਔਕਾਤ ਹੋਏਗੀ। ਉਹਨੇ ਕਿਹਾ ਵੀ 1,00,000 ਰੁਪਏ ਤਾਂ ਟੱਗਾ ਮਿਲਣ ਦਾ ਵਿਕਦਾ ਪਿਆ ਅੱਜ ਆਪਣਾ ਸਾਵਾ। ਰੋਟੀ ਲੈਣ ਗਿਆ ਤੇ ਬੀਵੀ ਨੇ ਕਿਹਾ ਖਾਣਾ ਖਵਾਓ ਫਿਰ ਤੁਹਾਨੂੰ ਦੱਸਣੇ। ਉਹ ਬੇਟਾ ਜਦੋਂ ਵਾਪਸ ਆਇਆ ਤਾਂ ਬੀਵੀ ਨੇ ਆਖਿਆ ਗੱਲ ਸੁਣ ਲਾ ਸਰਦਾਰਾ, 1,00,000 ਮਿਲ ਜਾਣਾ ਤਾਂ ਕਿੱਲੇ 4 ਪੈਲੀ ਦੇ ਵੀ ਆ ਜਾਣੇ, ਪਰ ਗੱਡੀਆਂ ਅੱਜ ਤੋਂ ਬਾਅਦ ਨਹੀਂ ਆਉਣੀਆਂ। ਮੈਂ ਤੈਨੂੰ ਉਹਦੇ ਨੂੰ ਕਿਹਾ ਚੰਗਾ ਪੁੱਤ ਚੰਗੀ ਮਾਂ ਜੰਮਦੀ ਆ। ਉਹਨੇ ਕਿਹਾ ਤੇਰੀ ਸਰਦਾਰੀ ਮੁੱਕ ਜਾਣੀ ਆ ਸ਼ਰੀਕੇ 'ਚ। ਸੁਣਦਾ ਵਾ ਮੈਂ ਸਮਝ। ਉਹਨੇ ਟੱਗਾ ਨਹੀਂ ਬੇਟਾ ਵੇਚਿਆ, ਸਰਦਾਰ ਆਪਣੀ ਲਈ ਜਾਂਦਾ ਇਹਨਾਂ ਨੂੰਹ ਨੂੰ ਅਤੇ ਰਾਹ ਸ਼ਰੀਕ ਬੈਠੇ। ਉਹਨੇ ਕਿਹਾ ਸਰਦਾਰ ਜੀ ਵਿਆਹ ਕਰਾ ਲਿਆ। ਉਸ ਆਖਿਆ ਹਾਂ, ਅੱਗੇ ਜਾ ਕੇ ਨੂੰਹ ਨੇ ਆਖਿਆ ਬਾਬਾ ਮੈਂ ਤਾਂ ਤੇਰੀ ਨੂੰਹ ਹਾਂ। ਉਹਨੇ ਕਿਹਾ ਧੀਏ ਹੁਣ ਤੂੰ ਹੁਣ ਵੀ ਨੂੰਹ ਆ ਜਿਹੜਾ ਸ਼ਰੀਕਾਂ ਦੇ ਕੰਢੇ ਸਾੜੇ ਆ। ਆ ਪੁੱਤਰਾ ਸ਼ਰੀਕੇ ਵਸਣਾ ਬੜਾ ਔਖਾ, ਸ਼ਰੀਕੇ ਗੈਰਤ ਨਾਲ ਵਸੀਏ ਤਾਂ ਬੰਦੇ ਦੀ